ਲੈ ਵੀ ਦੋਸਤੋ ਅੱਜ ਅਸੀਂ ਇੱਥੇ ਖੜੇ ਹੈਗੇ ਆ ਕਾਂਗਰਸ ਦੇ ਬੜੇ ਬੜੇ ਲੀਡਰ ਵਰਕਰ ਇੱਥੇ ਇਕੱਠੇ ਹੋ ਚੁੱਕੇ ਨੇ ਇੱਕ ਪਾਸੇ ਕੋਲਸਾ ਤੇ ਇੱਕ ਪਾਸੇ ਲੀਡਰ ਤੇ ਵਰਕਰ ਨੇ ਕਾਂਗਰਸ ਦੇ ਕਹਿੰਦੇ ਅਸੀਂ ਕਾਂਗਰਸੀ ਹਾਂ ਕਾਂਗਰਸੀ ਉਹ ਕਾਂਗਰਸੀ ਹਾਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਹਿੱਸਾ ਪਾਇਆ ਸੀਗਾ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਨਾ ਅਸੀਂ ਗ੍ਰਿਫਤਾਰੀਆਂ ਤੋਂ ਡਰੇ ਨਾ ਡਰਨਾ ਹੈਗਾ ਵਾ ਕਹਿੰਦੇ ਅਸੀਂ ਆਪਾਂ ਗ੍ਰਿਫਤਾਰੀ ਦੇਣ ਲਈ ਆਏ ਹਾਂ ਇੱਥੇ ਮੀਡੀਆ ਵੀ ਇੱਧਰ ਉੱਧਰ ਨੱਠ ਰਿਹਾ ਮੀਡੀਆ ਵਿਖਾ ਰਿਹਾ ਵਾ ਕਿ ਇੱਥੇ ਜਿਹੜੇ ਵੱਡੇ ਵੱਡੇ ਲੀਡਰ ਆਏ ਨੇ ਉਹ ਅੱਜ ਕੀ ਜਾਣੀ ਕਿ ਇੱਥੇ ਜਿਹੜਾ ਵੀ ਗ੍ਰਿਫਤਾਰੀਆਂ ਦੇਣ ਦਾ ਉਹਨਾਂ ਨੇ ਪਲਾਨ ਬਣਾਇਆ ਹੋਇਆ ਹੈਗਾ ਵਾ ਉਹਦੇ ਵਿੱਚ ਉਹ ਕੀ ਕਹਿ ਰਹੇ ਨੇ ਵੇਖਦੇ ਹਾਂ ਕਿ ਆਹ ਤਾਂ ਪਬਲਿਕ ਇਕੱਠੀ ਹੋ ਚੁੱਕੀ ਹੈ ਤਲਵਾਰ ਵੀ ਆ ਚੁੱਕਿਆ ਹੈਗਾ ਵਾ ਕਾਂਗਰਸ ਦਾ ਜਿਹੜਾ ਪ੍ਰਧਾਨ ਹੈਗਾ ਵਾ ਆਹ ਮਾਰ ਕਾਕਾ ਉੱਤੋਂ ਥੋੜ੍ਹੇ ਥੋੜ੍ਹਾ ਲੈਟ ਲੈਟ ਦਿਖਾਓ ਦੁਨੀਆ ਦਿਖਾਓ ਅਤੇ ਆ ਗਏ ਨੇ ਸਾਰੇ ਜਿਹੜੇ ਬੰਦੇ ਆ ਗਏ ਨੇ ਇੱਥੇ ਪਹੁੰਚ ਚੁੱਕੇ ਨੇ ਹਾਂ ਭਗਵੰਤ ਮਾਨ ਜੀ ਦੇਖ ਲਓ ਜਿੰਨੇ ਵੀ ਲੋਕ ਨੇ ਇੱਥੇ ਪਹੁੰਚ ਚੁੱਕੇ ਨੇ ਅਤੇ ਆਮ ਆਦਮੀ ਪਾਰਟੀ ਦੇ ਜਿਹੜੇ ਵੀ MLA ਸਾਹਿਬਾਨ ਨੇ ਉਹ ਵੀ ਦੇਖ ਲੈਣ ਜੋ ਜੋ ਕੁਛ ਇੱਥੇ ਹੋ ਰਿਹਾ ਤੁਹਾਨੂੰ ਵਿਖਾ ਰਹੇ ਹਾਂ ਅਸੀਂ ਹਾਂ ਆ ਜਾਓ ਜੀ ਇੱਧਰ ਆ ਜਾਓ ਹਾਂ ਹੋਰ ਜੀ ਹਾਂ ਹਲੋ ਜੀ ਮੇਅਰ ਸਾਹਿਬ ਵੀ ਖੜੇ ਹੋਰ 'ਚ ਕੀ ਹਾਲ ਚਾਲ ਹੈ ਵਾਹ ਜੀ ਵਾਹ ਬੱਲੇ ਬੱਲੇ ਹੁੰਦੀ ਸੀ ਮੇਅਰ ਸਾਹਿਬ ਹੁੰਦੀ ਸੀਗੀ ਅੱਜ ਕੀ ਗੱਲ ਹੋਈ ਆ ਉਹ ਨਹੀਂ ਇਹ ਜਿਹੜਾ ਪਰਚਾ ਪਾਇਆ ਗਿਆ ਆ ਜਿਹੜਾ ਝੂਠਾ ਪਰਚਾ ਇੱਕ ਤਰ੍ਹਾਂ ਦਾ ਬਿਲਕੁਲ ਅਸੀਂ ਕਹਿ ਸਕਦੇ ਹਾਂ ਮੰਗਲ ਰੱਖਿਆ ਹਰ ਇਹ ਡੈਮੋਕਰੇਸੀ ਦਾ ਮੇਨ ਮਤਲਬ ਕੀ ਹੈ ਡੈਮੋਕਰੇਸੀ ਦਾ ਮਤਲਬ ਹੀ ਇਹ ਹੈ ਵੀ ਆਪਣਾ ਤੁਸੀਂ ਧਰਨਾ ਪ੍ਰਦਰਸ਼ਨ ਸ਼ਾਂਤਮਈ ਕਰ ਸਕਦੇ ਹੋ ਕਰਦੇ ਤਾਲੇ ਲਾ ਤੇ ਭਗਵੰਤ ਵਿਧਾਨ ਸਭਾ ਨੂੰ ਤਾਲੇ ਲਾ ਲਿਆ ਚੱਲਿਆ ਉਹ ਤਾਂ ਉੱਥੇ ਤਾਲੇ ਦੇ ਰਿਹਾ ਤਾਂ ਦੱਸੋ ਕੀ ਹੈ ਸਮਝੋ ਇਸ ਲਈ ਅੱਜ MP ਸਾਹਿਬ ਗ੍ਰਿਫਤਾਰ ਸਿੱਖ ਲੈ ਤੁਹਾਡੇ ਕੋਲੋਂ ਤਾਲੇ ਲੜਨਾ ਕੰਮ ਹੋ ਜਾਂਦਾ ਚਲੋ ਇਹ ਉਹਨਾਂ ਦੀ ਸੋਚ ਆ ਅਸੀਂ ਅੱਜ ਵੀ ਸ਼ਾਂਤਮਈ ਤਰੀਕੇ ਨਾਲ MP ਸਾਹਿਬ ਦੇ ਨਾਲ ਜਿੰਨੇ ਵੀ ਸਾਡੇ ਆ ਤੇ ਪਰਚੇ ਰਜਿਸਟਰਡ ਹੋਏ ਆ ਉਹ ਜਾਵਾਂਗੇ ਉਹਨਾਂ ਕੋਲ ਭਾਈ ਗ੍ਰਿਫਤਾਰ ਕਰੋ ਨਗਰ ਨਿਗਮ ਦੇ ਵਿੱਚ ਕਹਿੰਦੇ ਪਰਚੇ ਪਾਤੇ ਸਾਡੇ ਬਈ ਇਹ ਤਾਂ ਮਾੜੀ ਗੱਲ ਹੈ ਕੀ ਗੱਲ ਮਾੜੀ ਗੱਲ ਹੀ ਆ ਪਰਚੇ ਪਾਤੇ ਇਹਨਾਂ ਦੇ ਹੈ ਨਜਾਇਜ਼ ਗੱਲ ਤਾਂ ਕਾਜੀ ਕਰਦੇ ਆ ਜੀ ਤੇ ਫਿਰ ਕਰਨਾ ਕੀ ਚਾਹੀਦਾ ਆਪਾਂ ਨੂੰ ਇਹਨਾਂ ਨੂੰ ਅਕਲ ਸਿਖਾਉਣੀ ਚਾਹੀਦੀ ਆ ਜੀ ਅਕਲ ਕਿੱਦਾਂ ਸਿਖਾਵਾਂਗੇ ਜੇ 10 ਮਿੰਟ ਜਰਾ ਤੂੰ ਦੇਖੋ ਜੀ ਝੂਠੇ ਲਾਰੇ ਲਾਉਂਦੇ ਆ ਅਸੀਂ ਕੱਚੇ ਮਕਾਨ 60 ਫਾਰਮ ਭਰੇ ਸੀਗੇ ਜੀ ਉਹ ਸਾਡੇ ਤੱਕ ਹਜੇ ਤੱਕ ਨਹੀਂ ਸਾਡੇ ਕੋਲ ਚੈੱਕ ਡੇੜੇ ਪਏ ਆ ਜੀ ਅੱਛਾ ਇਹ ਝੂਠੇ ਦੀ ਲਾਰੇ ਦੀ ਸਰਕਾਰ ਆ ਜੀ ਇਹ ਕੁਝ ਨਹੀਂ ਹੈਗਾ ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਨਹੀਂ ਜੀ ਲੈ ਲੈ ਉਹ ਕਹਿੰਦੇ ਤਾਂ ਤੀਰਥ ਯਾਤਰਾ ਕਰਾਉਂਦੇ ਆ ਬਿਜਲੀ ਮਾਫ਼ ਕਰਤੀ ਹੈਗੀ ਆ ਬਿਜਲੀ ਮਾਫ਼ ਤਾਂ ਚੰਨੀ ਨੇ ਕੀਤੀ ਸੀਗੀ ਜੀ ਅੱਛਾ ਬਿਜਲੀ ਮਾਫ਼ ਚੰਨੀ ਨੇ ਕੀਤੀ ਆ ਜੋ ਵਾਅਦੇ ਪੂਰੇ ਚੰਨੀ ਦੇ ਹੋਏ ਪਿਛਲੇ ਪੁਰਾਣੇ ਕੰਮ ਚੱਲਦੇ ਨਵਾਂ ਕੋਈ ਸਿਰੇ ਚਲਾਇਆ ਨਹੀਂ ਇਹਨਾਂ ਨੇ ਅੱਛਾ ਨਵਾਂ ਕੋਈ ਨਹੀਂ ਹੈਗਾ ਬਈ ਇਹ ਤਾਂ ਮੁੰਡੇ ਨੇ ਸਹੀ ਗੱਲ ਦੱਸੀ ਆ ਲੈ ਬਈ ਇੱਧਰ ਆਇਆ ਥੋੜ੍ਹਾ ਜਿਹਾ ਹੋਰ ਜੀ ਕੀ ਹਾਲ ਚਾਲ ਹੈ ਹੋਰ ਪ੍ਰਧਾਨ ਜੀ ਠੀਕ ਠਾਕ ਨਹੀਂ ਮੈਂ ਬਿਜੀ ਨਹੀਂ ਹੈਗਾ ਪ੍ਰਧਾਨ ਜੀ ਮੈਂ ਉੱਧਰ ਗਿਆ ਦੁਕਾਨ ਦੇਣਾ ਦੇ ਅਤੇ ਮਿਲੇ ਨਹੀਂ ਮੈਨੂੰ ਉੱਧਰ ਅਤੇ ਫਿਰ ਮੈਂ ਪੁਰਾਣੇ ਕੋਲ ਚੱਕ ਕੇ ਪਾ ਲਿਆ ਅੱਛਾ ਗੱਲ ਇੰਝ ਹੈਗੀ ਆ ਕਿ ਅੱਜ ਆਪਾਂ ਇੱਥੇ ਧਰਨਾ ਮਾਰਨ ਆਏ ਹੈਗੇ ਹਾਂ ਹਾਂਜੀ ਪੁਲਿਸ ਉਹਨਾਂ ਦੀ ਆ ਸਰਕਾਰ ਉਹਨਾਂ ਦੀ ਆ ਡੰਡਾ ਉਹਨਾਂ ਦਾ ਵਾ ਸਭ ਕੁਛ ਉਹਨਾਂ ਦਾ ਵਾ ਤੁਸੀਂ ਕੀ ਕਰ ਲਓਗੇ ਅਸੀਂ ਕੁਛ ਨਹੀਂ ਕਰ ਸਕਦੇ ਅਸੀਂ ਤਾਂ ਹੱਥ ਜੋੜ ਕੇ ਗ੍ਰਿਫਤਾਰੀ ਦੇਣ ਆਏ ਆ ਵੀ ਜਿਹੜਾ ਲੋਕਤੰਤਰ ਦੀ ਹੱਤਿਆ ਕਰਨੀ ਕਰ ਲਓ ਤੁਸੀਂ ਹੁਣ ਯਾਨੀ ਕਿ ਤੁਸੀਂ ਚੁੱਪਚਾਪ ਖੜੇ ਹੋ ਬਿਲਕੁਲ ਖੜੇ ਆ ਅਸੀਂ ਵੀ ਸਾਡੇ ਉਹ ਦਿਨ ਵੀ ਅਸੀਂ ਨਾਲ ਜਾਵਾਂਗੇ ਬਿਲਕੁਲ ਨਾਲ ਜਾਵਾਂਗੇ ਅਸੀਂ ਆਪਣੇ ਨੇਤਾਵਾਂ ਦੇ ਨਾਲ ਹੈ ਜਿੱਦਾਂ ਉਹ ਗਾਈਡਲਾਈਨ ਦੇਣਗੇ ਅਸੀਂ ਉਹਨਾਂ ਦੇ ਨਾਲ ਹੈ ਦੇਖੋ ਇਹ ਕਹਿੰਦੇ ਸ਼ਾਂਤੀਮਈ ਢੰਗ ਨਾਲ ਅਸੀਂ ਆਏ ਕਿ ਅਸੀਂ ਉਲੜਬਾਜ਼ੀ ਨਹੀਂ ਕਰ ਰਹੇ ਇੱਥੇ ਖੜੇ ਹਾਂ ਵੀ ਸਾਨੂੰ ਆ ਕੇ ਫੜ ਲਓ ਜਾਵੇ ਜਿਹੜੇ ਬੰਦਿਆਂ ਨੂੰ ਪਰਚਾ ਰਜਿਸਟਰਡ ਕੀਤਾ ਨਜਾਇਜ਼ ਕਹਿੰਦੇ ਭਾਈ ਫਿਰ ਉਹਦੇ ਬਾਰੇ ਸੋਚ ਲਓ ਤੁਸੀਂ ਭਗਵੰਤ ਮਾਨ ਤਾਂ ਆਪ ਤਾਲੇ ਲੈ ਕੇ ਘੁੰਮਦਾ ਪਿਆ ਤੁਸੀਂ ਤਾਲੇ ਤਾਂ ਲਾਏ ਸੀ ਉਹਦਾ ਕਹਿੰਦਾ ਮੈਂ ਤਾਲਿਆਂ ਦਾ ਕੰਮ ਕਰਨ ਲੱਗ ਗਿਆ ਹੁਣ ਉਹ ਤਾਂ ਅੱਜ ਉਹ ਕਹਿੰਦੇ ਵਿਧਾਨ ਸਭਾ ਦੇ ਅੰਦਰੋਂ ਤਾਲੇ ਲਾਓ ਇਹ ਕੀ ਗੱਲ ਹੋਈ ਤੁਹਾਡਾ ਕੁੱਤਾ ਕੁੱਤਾ ਸਾਡਾ ਕੁੱਤਾ ਦੋਵੇਂ ਚਲੋ ਬਾਈ ਇੱਧਰ ਆਈਏ ਵਕੀਲ ਸਾਹਿਬ ਖੜੇ ਇੱਧਰ ਹੈ ਇੱਧਰ ਆ ਜਾਓ ਕੀ ਹਾਲ ਚਾਲ ਹੈ ਠੀਕ ਠਾਕ ਵਧੀਆ ਬੜੇ ਵਧੀਆ ਸੋਹਣੇ ਬਾਲ ਬੁਲ ਹੈ ਬਿਲਕੁਲ ਜੀ ਸਾਰੀ ਟੀਮ ਖੜੀ ਆ ਜ਼ਰੂਰ ਲੱਗੂਗਾ ਬਿਲਕੁਲ 100% ਇੱਧਰ ਆਓ ਜਰਾ ਆ ਲੈ ਵੀ ਆਹ ਤਾਂ ਬਹੁਤ ਲੰਬਾ ਬੰਦਾ ਖੜਾ ਵੀ ਵਿੱਚ ਇੱਕ ਹਾਂਜੀ ਹਾਂਜੀ ਹਾਂ ਬਿਲਕੁਲ ਬਿਲਕੁਲ ਗੱਲ ਸਹੀ ਆ ਜੀ ਬਿਲਕੁਲ ਗੱਲ ਸਹੀ ਹੈਗੀ ਆ ਹਾਂ 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 ਤੇ ਫਿਰ ਭਾਈ ਤੁਹਾਡੇ ਸਭ ਤੋਂ ਲੰਬਾ ਗੱਲ ਦੇਖ ਕੇ ਆ ਗਏ ਇੱਧਰ ਪਾਸੇ ਮੈਂ ਕਿਹਾ ਭਾਈ ਜੀ ਉੱਤੇ ਧੰਨਵਾਦ ਜੀ ਹੋਰ ਕੁਛ ਕਰ ਰਹੇ ਹੋ
देखो हम आ रहे ने सारे लीडर साहब फिर उस बात करते हैं जी ठीक है आ रहे हैं हम एम पी साहब आ रहे ने आशु जी आ रहे ने संजय जी आ गए ने तो फिर उस बात करते हैं जी देखो इधर पत्रकार साहब कि बोल रहे देखो दिखाओ हाँ देखो समझा रहे ने हाँ 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 बिल्कुल चक दा फटे कर देंगे अज नहीं छड़ना किसी नूं अज कुछ हो के रहूगा हाँ लोकतंत्र की हत्या हो रही है परचे हो रहे ने और जी की आज आले तो इधर बाहर उनके हत्या आले है ना और जी की हाल लो बिच सामने पुलिस उधर दो धड़े बन चुके ने बिच मीडिया खड़िया वा लो जी उधर पुलिस वाले जे सामने खड़े ने उन्हें अपने ट्रैफिक पुलिस दे जेड़े हैगे आ बैरियर ये लाते है पुलिस बहुत घट है पुलिस बहुत घट हैगी घट तो घट थोड़े बंदे आ इधर बंदे ज्यादा आ चुके ने बड़ी बड़ी दूरों संगत आ रही ने इतने बड़े बड़ी दूरों ये वर्कर ने कांग्रेस के आ रहे ने हम आ के आ रहे ने ਬਾਓ ਜੀ ਦੇਖ ਲਓ ਤੁਸੀਂ ਵੀ ਦੇਖ ਲਓ ਇੱਧਰ ਦੇਖ ਲਓ ਹਾਂ ਦੇਖੀ ਦੇਖੋ ਕਿੱਦਾਂ ਲੋਕੀ ਆਪਣੀ ਮੁੰਡੀ ਕੱਢ ਕੱਢ ਕੇ ਦੇਖਦੇ ਨੇ ਇੱਧਰਲੇ ਪਾਸੇ ਹਾਂ ਆਹ ਦੇਖੋ ਆਹ ਕਾਰਾਂ 'ਚ ਲੋਕ ਜਾ ਰਹੇ ਨੇ ਕਦੇ ਵੀ ਜਾਮ ਲੱਗ ਸਕਦਾ ਫਸ ਸਕਦੇ ਨੇ ਇਹ ਬਈ ਹੌਲੀ ਹੌਲੀ ਚੱਲੋ ਪਤਾ ਨਹੀਂ ਕਿੱਥੇ ਜਾਮ ਮਿਲ ਜਾਣਾ ਤੁਹਾਨੂੰ ਪਿਆਰ ਨਾਲ ਚੱਲੋ ਆ ਜਾਓ ਇੱਧਰ ਇੱਧਰ ਆ ਜਾਓ ਆਹ ਲਓ ਜੀ ਇੱਧਰ ਬੰਦੇ ਖਾਸ ਆਏ ਨੇ ਲਓ ਜੀ ਚੱਲੇ ਜਾ ਰਹੇ ਕਹਿੰਦੇ ਸਾਰੇ ਇੱਕ ਪਾਸੇ ਬੈਠੇ ਹੋ ਜਾਓ ਜਾਂ ਫਿਰ ਅੱਜ ਆਪ ਨਹੀਂ ਜਾਂ ਫਿਰ ਗਾਹਕ ਨਹੀਂ ਹਾਂ ਲਓ ਵੀ ਦੇਖੋ ਤਿਆਰੀ ਫੁੱਲ ਹੋ ਚੁੱਕੀ ਆ ਰਵਨੀਤ ਬਿੱਟੂ ਦੇ ਆਉਣ ਦੀ ਸਿਰਫ ਦੇਰੀ ਆ ਰਵਨੀਤ ਬਿੱਟੂ ਆਉਣ ਦੇ ਨਾਲ ਹੀ ਜਿੰਨੇ ਵੀ ਵਰਕਰ ਨੇ ਆਪਣਾ ਰੋਸ ਸਰੂਪ ਅੱਗੇ ਨੂੰ ਆਉਣਗੇ ਉੱਧਰ ਪੁਲਿਸ ਹੋਊਗੀ ਇੱਧਰ ਇਹ ਹੋਣਗੇ ਫਿਰ ਵੇਖਦੇ ਹਾਂ ਕੀ ਹੁੰਦਾ ਜੀ अब दिखाओ 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 दुनिया दिखाओ हाँ दुनिया दिखाओ दुनिया दिखाओ यार दुनिया दिखाओ और जी की हाल है ठीक हो दिखाओ दुनिया दिखाओ यार कार में दुनिया दिखाओ कार वाले को दिखाओ ओ देखिए उधर चालू हो गया है वो तो चलते हैं मैं आज बुखार है थोड़ा लुधियाने शहर के कांग्रेसी जड़े वर्कर सन कांग्रेसी नेता सन जड़े कारपोरेशन गए सी नगर निगम जिन्हों कहते है कहते जी इतने बेईमानी बड़ी है भ्रष्टाचार बड़ा वा चोर बजारी बड़ी है कहते साडे टाइम तो इन्नी है नहीं जिनी हुण हो चुकी है कहते पंज गुणा वध गई है कहते यार हुण खाओ जिन्ना जरूरी होंदा वा तुसीं तां फट्टे चकते ने ते हुण जिहड़े फट्टे चके ने इह हुण आम आदमी पार्टी दे फट्टे चकन लई आए ने देखदे चके जांदे कि नहीं चके जांदे लो जी हुण आपां परले पासे चलीए आह बंदा देखिआ किथे मैं लगाओ लगाओ ते लगाओ हाँ ਉਹ ਲੋ ਜੀ ਉਹ ਬੈਠ ਗਏ ਉੱਤੇ ਉਹ ਲੋ ਜੀ ਲਾਈਨ ਸਾਰੇ ਚਾਲੂ ਹੋ ਚੁੱਕੇ ਨੇ ਇਹ ਕਿੰਨੇ ਮਿੰਟ ਦੀ ਹੋ ਗਈ ਆਪਣੀ ਵੀਡੀਓ ਚਲੋ ਦੋ ਮਿੰਟ ਹੋਰ ਦਿਖਾ ਦਿਓ ਆਪ ਵੀ ਸਾਥ ਆਇਓ ਹੈਂ ਜੰਪੁਰ ਕਿਆ ਜੰਪੁਰ ਜ਼ਿਲ੍ਹਾ ਸੇ ਸਾਥ ਮੇ ਆਏ ਹੋ ਸਾਥ ਮੇ ਆਏ ਹੋ ਕਾਂਗਰਸ ਕੇ ਸਾਥ ਆਏ ਹੋ ਹਾਂ ਅੱਛਾ 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 फिर आज क्या होगा पता है अभी तो इसके बारे में कुछ पता नहीं हम लोग साथ में आए साथ आए हैं हाँ भाई स्कूल स्कूल का मैटर है मेरे ख्याल से हाँ हाँ वो संजय तलवार बनवाए हैं बाकी और कुछ पता नहीं हम लोगों को बस आए हैं देख रहे हैं आगे क्या होता है ठीक है ठीक है ठीक है अगर पुलिस पकड़ती है तो गिरफ्तारी दोगे
गिरफ्तारी? हाँ अच्छा 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 नहीं हम लोग तो नहीं गिरफ्तारी किस लिए देंगे हम लोग तो काम करने वाले आदमी है आए हुए हैं भाई, देख रहे हैं अपना माहौल। अच्छा 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 देख रहा क्या है क्या हाँ देखो तेरी हो है इधर लगा दे रोड की तरफ हाँ क्या हाल है लगा ले बीड़ी मुंह में लगा ले और की हाल है फिर आज तुसी आ गए हैं आज फिर चकने फटे हैं चकने फटे जी बिल्कुल डैडी काउंसलर पले टाइम बिल्कुल जी की नाम से अपने राजकुमार थापर राजकुमार थापर दे पुत्र साहब इतने आए ने बिल्लू थापर कहते जी अज अस इतने कुछ करके जावे या फिर अपना जी एफ आई आर दर्ज की है उस तो मुक्त होकर जावे अज तक भी देखो सारे बंदे पहुंचे है बड़े दिनों बाद इतना हंगामा हाँ किया दो साल बाद चल ठीक है बिल्लू मोजा कर लगे तरफ खान और झंडे भी आ गए ने हूँ आप माहौल गर्म हो रहा थोड़ा थोड़ा करके जिदा इदा माहौल गर्म होगा थोड़ा बुखा रहे हैं इदा होंगी है यानी कि इंडिया के जो तो प्रोटेस्ट हों धरना हों इदा जे वर्कर आते हैं इदा पुलिस सामने खड़ती है ये लोकतंत्र है डेमोक्रेसी है ये जो भी कुछ होंगे है थोड़ा बुखा रहे हैं असर भाई दिखा लिए आए स दिखा के चलिए थानू इधर पुलिस तो इधर पुलिस इधर सरकार इधर जे पब्लिक जे कहते धक्का हो रहा साढ़े ना धक्का हो रहा है वा ये चैनल सबसक्राइब कर दो असर थानू बखाने जो कोई होर नहीं दिखाता सोच बदलो समाज बदलेगा सोच बदलो समाज बदलेगा नहीं तो कख नहीं बदलना है चल कोशिश करो यार।